ਹਾਂਜੀ ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਬਣਾਵਾਂਗੇ ਬੰਦ ਗੋਭੀ ਮਟਰ, ਠੀਕ ਹੈ ਜੀ। ਬੰਦ ਗੋਭੀ ਅਸੀਂ ਕੱਟ ਲਈ ਆ, ਧੋ ਕੇ ਬੰਦ ਗੋਭੀ ਨੂੰ ਕੱਟ ਲਿਆ ਹੈ ਬਰੀਕ ਬਰੀਕ, ਠੀਕ ਹੈ। ਪਿਆਜ਼ ਅਤੇ ਮਟਰ ਵੀ ਕੱਟ ਲਿਆ, ਠੀਕ ਆ। ਅਤੇ ਇੱਧਰ ਅਸੀਂ ਕਰ ਲਿਆ ਤੁੜਕਾ, ਤਿਆਰ ਪਿਆਜ਼ ਟਮਾਟਰ ਅਤੇ ਹਰੀਆਂ ਮਿਰਚਾਂ, ਠੀਕ ਹੈ ਜੀ। ਆਹ ਹੁਣ ਅਸੀਂ ਇਹਨੂੰ ਲਾਉਂਦੇ ਹਾਂ ਤੁੜਕਾ। ਹਾਂਜੀ ਜੀ, ਆਹ ਸਾਡਾ ਹੋ ਗਿਆ ਤੇਲ ਗਰਮ, ਠੀਕ ਹੈ ਜੀ। ਇਹਦੇ ਵਿੱਚ ਪਾਵਾਂਗੇ ਹੁਣ ਅਸੀਂ ਸਭ ਤੋਂ ਪਹਿਲਾਂ ਪਿਆਜ਼। ਪਾਵਾਂਗੇ ਅਸੀਂ ਲਸਣ। ਮੈਂ ਲਸਣ ਤਾਂ ਨਹੀਂ ਪਹਿਲਾਂ ਪਾਇਆ ਕਿਉਂਕਿ ਫਿਰ ਲਸਣ ਉਹ ਸੜ ਜਾਂਦਾ ਜੀ, ਤੇਲ ਗਰਮ ਸੀ ਤਾਂ ਕਰਕੇ, ਠੀਕ ਹੈ ਜੀ। ਆ ਪਾ ਕੇ ਪਿਆਜ਼ ਅਤੇ ਲਸਣ, ਠੀਕ ਹੈ ਜੀ। ਇਸ ਤੋਂ ਬਾਅਦ ਇਹ ਪਾਵਾਂਗੇ ਅਸੀਂ ਅਦਰਕ, ਥੋੜ੍ਹਾ ਜਿਹਾ ਅਦਰਕ, ਪਿਆਜ਼, ਲਸਣ, ਇਹਨੂੰ ਲੋਕ ਭੁੰਨ ਠੀਕ ਹੈ ਜੀ। ਇਹਨੂੰ ਅਸੀਂ ਚੰਗੀ ਤਰ੍ਹਾਂ ਭੁੰਨਣਾ। ਲਓ ਜੀ, ਤੁਹਾਡਾ ਸਾਡਾ ਭੁੱਜ ਗਿਆ ਹੈ ਪਿਆਜ਼। ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਟਮਾਟਰ, ਬਸ ਟਮਾਟਰ ਪਾ ਕੇ ਕਰ ਦਿਓ ਮਿਕਸ। ਇਹਨੂੰ ਚੰਗੀ ਤਰ੍ਹਾਂ ਹਿਲਾ ਦਿਓ ਅਤੇ ਟਮਾਟਰ ਵਿੱਚ ਹੋ ਜਾ, ਠੀਕ ਹੈ ਜੀ। ਟਮਾਟਰ ਸਾਡੇ ਭੁੱਜ ਗਏ ਪਏ ਆ ਜੀ ਹਜੇ, ਠੀਕ ਹੈ ਜੀ। ਟਮਾਟਰ ਜਦੋਂ ਸਾਡੇ ਵਿੱਚ ਹੋ ਜਾਣਗੇ ਮੈਸ਼, ਅਤੇ ਟਮਾਟਰ ਜਦੋਂ ਭੁੱਜ ਜਾਣਗੇ ਅਤੇ ਉਸਦੇ ਵਿੱਚ ਅਗਲਾ ਜੇ ਸੁੱਕਾਂਗੇ ਹਰੀਆਂ ਮਿਰਚਾਂ, ਠੀਕ ਹੈ।
ਲੈ ਜੀ ਹੁਣ ਅਸੀਂ ਇਹਦੇ ਵਿੱਚ ਸੁੱਟਾਂਗੇ ਹਰੀਆਂ ਮਿਰਚਾਂ। ਅਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਮਸਾਲੇ, ਪਾਓ ਨਮਕ, ਪਾਓ ਇਹਦੇ ਵਿੱਚ ਹਲਦੀ, ਫਿਰ ਪਾ ਦੇ ਵਿੱਚ ਥੋੜ੍ਹੀ ਜਿਹੀ ਦੇਸੀ ਮਿਰਚ, ਠੀਕ ਹੈ ਜੀ। ਫਿਰ ਪਾਓ ਦੇ ਵਿੱਚ ਗਰਮ ਮਸਾਲਾ, ਅਤੇ ਪਾਓ ਦੇ ਵਿੱਚ ਥੋੜ੍ਹਾ ਜਿਹਾ ਕਿਚਨ ਪੀਸ, ਠੀਕ ਹੈ ਜੀ। ਲਓ ਹੁਣ ਕਰਦੇ ਹੋਏ ਇਹਨੂੰ ਮਿਕਸ, ਪੰਜ ਮਿੰਟ ਅਸੀਂ ਫਰਾਈ ਕਰਨਾ ਹੈ ਮਟਰ, ਠੀਕ ਹੈ ਜੀ। ਇੱਥੇ ਮਟਰ ਛੋਟੇ ਹੋ ਗਏ ਆ ਪਾਈ ਕੇ, ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਗੋਭੀ, ਬੰਦ ਗੋਭੀ, ਠੀਕ ਹੈ ਜੀ। ਬੰਦ ਗੋਭੀ ਦੇ ਵਿੱਚ ਪਾ ਕੇ ਹੁਣ ਇਹਨੂੰ ਕਰ ਦਿਓ ਮਿਕਸ। ਗੋਭੀ ਗੋਭੀ ਨੂੰ ਅਸੀਂ ਕਰਤਾ ਮਿਕਸ, ਠੀਕ ਹੈ ਜੀ। ਹੁਣ ਅਸੀਂ ਇਹਨੂੰ ਸਿਮ ਗੈਸ 'ਤੇ ਬਣਨ ਦੇਣਾ, ਠੀਕ ਹੈ ਜੀ। ਲੋ ਜੀ ਗੋਭੀ ਅਸੀਂ ਮਿਕਸ ਕਰਕੇ ਗੈਸ ਕਰਤਾ ਸੀ ਸਿਮ 'ਤੇ, ਇਹਨੂੰ ਅਸੀਂ ਦੇਣਾ ਭੱਜ, ਠੀਕ ਹੈ ਜੀ। ਅਤੇ ਥੋੜ੍ਹੀ ਥੋੜ੍ਹੀ ਦੇਰ ਬਾਅਦ ਅਸੀਂ ਇਹਨੂੰ ਚੈੱਕ ਕਰਨਾ, ਓਕੇ ਸੀ। ਲਓ ਜੀ ਵਿੱਚ ਵਿੱਚ ਅਸੀਂ ਚੈੱਕ ਕਰੀ ਜਾਣਾ ਹੈ, ਠੀਕ ਹੈ ਜੀ। ਲਓ ਜੀ ਹਜੇ ਕੱਚੀ ਹੈ ਜੀ ਸਬਜ਼ੀ ਸਾਡੀ, ਠੀਕ ਹੈ ਜੀ। ਲਓ ਜੀ ਸਬਜ਼ੀ ਨੂੰ ਅਸੀਂ ਇੱਕ ਵਾਰੀ ਦੇਖੀਏ, ਸਬਜ਼ੀ ਸਾਡੀ ਬਸ ਬਾਹਰ ਚੱਲੀ ਹੈ ਜੀ, ਬਸ ਪੰਜ ਕੁ ਮਿੰਟ ਦੀ ਹੋਰ ਲੋੜ ਹੈ, ਠੀਕ ਹੈ ਜੀ।
ਜਾਓ ਜੀ, ਅਸੀਂ ਕਰਦੇ ਹਾਂ ਸਬਜ਼ੀ ਨੂੰ ਚੈੱਕ। ਲਓ ਜੀ, ਸਬਜ਼ੀ ਸਾਡੀ ਬਣ ਕੇ ਹੋ ਗਈ ਹੈ ਤਿਆਰ। ਸਬਜ਼ੀ ਸਾਡੀ ਬਿਲਕੁਲ ਬਣ ਗਈ ਹੈ ਜੀ। ਲਓ ਜੀ, ਸਬਜ਼ੀ ਸਾਡੀ ਤਿਆਰ ਹੋ ਗਈ ਹੈ ਜੀ। ਜੇ ਤੁਹਾਨੂੰ ਅੱਜ ਦੀ ਸਾਡੀ ਸਬਜ਼ੀ ਬੰਦ ਗੋਭੀ ਮਟਰ ਪਸੰਦ ਆਏ ਤਾਂ ਜੀ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਕਰ ਦਿਓ ਜੀ। ਓਕੇ ਜੀ, ਥੈਂਕ ਯੂ।